ਨਹੀਂ ਕਹਿੰਦਾ ਸਾਹਮਣੇ ਨਹੀਂ ਰੱਖਿਆ। ਹਾਂਜੀ, ਕੀ ਨਾਮ ਹੈ ਜੀ, ਕੀ ਕਹਿਣਾ ਹੈ ਬਜਟ? ਮੇਰਾ ਨਾਮ ਕਿਰਨਜੀਤ ਕੌਰ ਹੈ ਜੀ। ਅੱਜ ਜਿਹੜਾ ਬਜਟ ਪਾਸ ਕੀਤਾ ਇਹਨਾਂ ਨੇ, ਉਸ 'ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਕੈਪਟਨ ਸਰਕਾਰ ਸੀ ਜਿਹੜੀ, ਇਹਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਸੀ ਵਿਦਿਆਰਥੀਆਂ ਨਾਲ, ਨੌਜਵਾਨਾਂ ਨਾਲ। ਇਹਨਾਂ ਨੇ ਕਿਹਾ ਸੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅਸੀਂ ਸਮਾਰਟਫੋਨ ਦੇਵਾਂਗੇ। ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਹੋਇਆ, ਬਜਟ ਨਹੀਂ ਰੱਖਿਆ ਹੈਗਾ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਲੜਕੀਆਂ ਦੀ ਫ੍ਰੀ ਐਜੂਕੇਸ਼ਨ ਦਾ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਹੋਇਆ, ਉਹਦਾ ਜਲਦ ਤੋਂ ਜਲਦ ਜਿਹੜਾ ਬਜਟ ਜਿਹੜਾ ਰੱਖਿਆ ਜਾਵੇ, ਤਾਂ ਜੋ ਲੜਕੀਆਂ ਦੀ ਜਿਹੜੀ ਫ੍ਰੀ ਐਜੂਕੇਸ਼ਨ ਦੀ ਗੱਲ ਕਹੀ ਸੀ ਵੀ PhD ਤੱਕ ਲੜਕੀਆਂ ਨੂੰ ਫ੍ਰੀ ਪੜ੍ਹਾਇਆ ਜਾਊਗਾ, ਉਹਦੇ ਵਾਸਤੇ ਜਿਹੜਾ ਲੜਕੀਆਂ ਫ੍ਰੀ ਪੜ੍ਹਾਈ ਕਰ ਸਕਣ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।